ਹੁਸ਼ਿਆਰਪੁਰ ਦੇ ਆਮ ਆਦਮੀ ਪਾਰਟੀ ਦੇ ਨੇਤਾ ਸੁਮੇਧ ਸੋਨੀ ਨੇ ਵਾਰਡ ਨੰਬਰ 4 ਦੇ ਐਮਸੀ ਅਸ਼ੋਕ ਮਹਿਰਾ ਤੇ ਆਰੋਪ ਲਗਾਏ ਹਨ ਕਿ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮਿਲੀ ਭੁਗਤ ਕਰਕੇ ਵਾਰਡ ਦੇ ਕੁਝ ਅਮੀਰ ਲੋਕਾਂ ਦੇ ਨੀਲੇ ਕਾਰਡ ਬਣਵਾਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਮੇਧ ਸੋਨੀ ਨੇ ਕਿਹਾ ਕਿ ਸਾਬਕਾ ਮੰਤਰੀ ਅਰੋੜਾ ਨੇ ਉੱਤਲੇ ਪੱਧਰ ਤੇ ਅਤੇ ਆਪਣੇ ਐਮਸੀ ਕੋਲੋਂ ਹੇਠਲੇ ਪੱਧਰ ਤੇ ਪਤਾ ਨਹੀਂ ਕਿੰਨੇ ਕੁ ਕਪਲੇ ਕਰਵਾਏ ਹਨ, ਜਿਸ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਜੇਕਰ ਵਾਰਡ ਦੇ ਅਮੀਰ ਲੋਕਾਂ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਕਾਰਡ ਸਰੈਂਡਰ ਨਾ ਕੀਤੇ ਤਾਂ ਉਹ ਸਾਰਿਆਂ ਦੇ ਨਾਮ ਜਨਤਕ ਕਰ ਦੇਣਗੇ। ਇਸ ਸੰਬੰਧ ਵਿੱਚ ਵਾਰਡ ਦੇ ਐਮਸੀ ਅਸ਼ੋਕ ਮਹਿਰਾ ਦਾ ਕਹਿਣਾ ਹੈ ਕਿ ਉਹਨਾਂ ਨੇ ਸੇਵਾ ਮੁਕ ਹੋਣ ਦੇ ਨਾਤੇ ਸਰਕਾਰੀ ਯੋਜਨਾਵਾਂ ਦਾ ਲਾਭ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਲਈ ਕੈਂਪ ਲਗਾਏ ਸਨ। ਜੇਕਰ ਕੋਈ ਉਹਨਾਂ ਦਾ ਕਰੀਬੀ ਜਾਂ ਸੁਸਾਇਟੀ ਦਾ ਪ੍ਰਧਾਨ ਹੈ ਤਾਂ ਕਿ ਉਹ ਜ਼ਰੂਰਤਮੰਦ ਨਹੀਂ ਹੋ ਸਕਦਾ। ਉਹਨਾਂ ਸੋਨੀ ਨੂੰ ਕਿਹਾ ਕਿ ਇੱਕ ਹਫ਼ਤਾ ਹੀ ਕਿਉਂ ਨਹੀਂ, ਅੱਜ ਹੀ ਗਲਤ ਢੰਗ ਨਾਲ ਨੀਲੇ ਕਾਰਡ ਬਣਾਉਣ ਵਾਲਿਆਂ ਦੇ ਨਾਮ ਜਨਤਕ ਕੀਤੇ ਜਾਣ। ਜੋਤੀ ਕੰਕੜ ਦੀ ਰਿਪੋਰਟ। ਮੇਰਾ ਮੀਡੀਆ ਰੂਬਰੂ ਹੋਣਾ ਇਸ ਲਈ ਜ਼ਰੂਰੀ ਹੋ ਗਿਆ, ਇੱਕ ਦੋ ਮਸਲੇ ਮੇਰੇ ਧਿਆਨ 'ਚ ਆਏ ਆ। ਪਹਿਲਾਂ ਤਾਂ ਵਾਰਡ ਨੰਬਰ 4 'ਚ ਨਰਾਇਣ ਨਗਰ ਵਾਸੀਆਂ ਦਾ ਜਿਹੜਾ ਮਸਲਾ ਸੀ ਟਿਊਬਵੈੱਲ ਦਾ, ਅਸੀਂ ਜਗ੍ਹਾ ਦੇ ਦਿੱਤੀ ਅਸੀਂ, ਤਾਂ ਉਸ ਜਗ੍ਹਾ ਦੇ ਵਿੱਚ ਪੰਗਾ ਉੱਥੇ ਪਾਤਾ ਸ਼ੋਕੀ ਬਿਲਡਰ ਨੇ, ਐਮਸੀ ਨੇ, ਹੈ ਨਾ, ਕੋਈ ਚੱਕਰ ਵਾਲੀ ਗੱਲ ਨਹੀਂ, ਸਾਨੂੰ ਕੀ ਸੀ। ਹੁਣ ਉੱਥੇ ਮਸਲਾ ਇੱਕ ਹੋਰ ਆਇਆ, ਲੋਕਾਂ ਨੇ ਇਹ ਸ਼ਿਕਾਇਤ ਕੀਤੀ ਮੈਨੂੰ ਕਿ ਉੱਥੇ ਜਿਹੜੇ ਕੁਛ ਰਸੂਖਦਾਰ ਬੰਦਿਆਂ ਦੇ ਨੀਲੇ ਕਾਰਡ ਬਣੇ ਹੋਏ ਆ। ਨੀਲੇ ਕਾਰਡ ਦਾ ਮਸਲਾ ਹੈਗਾ ਅੱਜ, ਤਾਂ ਮੀਡੀਆ ਦਾ ਰੂਬਰੂ ਹੋਇਆ ਮੈਂ, ਅਤੇ ਮੈਂ ਤੁਹਾਨੂੰ ਇਸ ਗੱਲ ਵਿੱਚ ਦੱਸਣਾ ਚਾਹੁੰਦਾ, ਜਿਹੜੇ ਉੱਥੇ ਮੀਡੀਆ ਦੇ ਆਪਣੇ ਜਿਹੜੇ ਉੱਥੇ ਗੌਰਮੈਂਟ ਜੋਬ 'ਚ ਰਿਟਾਇਰ ਬੰਦੇ ਹੋਏ ਆ, ਕੁਛ ਕੈਮਿਸਟ ਸ਼ੋਪ ਵਾਲੇ ਹੈਗੇ ਆ, ਕੁਛ ਸ਼ਰਾਬ ਕਾਰੋਬਾਰੀ ਹੈਗੇ ਆ, ਕੋਈ ਜੂਲਰ ਹੈਗੇ ਆ, ਕੋਈ ਬਾਹਰ ਬੰਦੇ ਸੈਟਲਡ ਆ, ਕੋਈ FCI ਰੋਡਵੇਜ਼ 'ਚੋਂ ਰਿਟਾਇਰ ਬੰਦੇ ਹੈਗੇ ਆ, ਕੋਈ ਫਾਰਮਰ ਹੈਗੇ ਜਿਨ੍ਹਾਂ ਦੇ ਕਈ ਏਕੜ ਜ਼ਮੀਨ ਆ ਉੱਥੇ, ਉਹਨਾਂ ਦੇ ਨੀਲੇ ਕਾਰਡ ਉਸ MC ਨੇ ਉੱਥੇ ਜਿਹੜਾ ਬਣਾਇਆ ਉਹ ਬਣਾਏ ਆ। ਉਹ ਕਿਸ ਤਰ੍ਹਾਂ ਬਣਾਏ ਆ, ਉਹਨੇ ਆਪਣੇ ਘਰ ਦੇ ਅੰਦਰ ਕੈਂਪ ਲਾਇਆ ਸੀ, ਸਾਰੀ ਦੁਨੀਆ ਨੂੰ ਪਤਾ, ਉਹਨੇ ਆਪਣੇ ਫੇਸਬੁੱਕ 'ਤੇ ਵੀ ਪਾਇਆ ਆ, ਟੈਂਟ ਲਾ ਕੇ ਉਹਨਾਂ ਦੇ ਉਸ ਲੋਕਾਂ ਨੂੰ ਜਿਹੜੇ ਅਮੀਰ ਬੰਦਿਆਂ ਨੇ ਉੱਥੇ ਬਣਾਏ ਹੋਏ ਆ, ਉੱਥੇ ਜਿਹੜੇ ਕਾਰਡ ਨੀਲੇ ਕਾਰਡ ਅਮੀਰ ਬੰਦਿਆਂ ਨੇ ਬਣਾਏ ਹੋਏ ਆ, ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਦੀ ਸੈਲਫ ਡੈਕਲੇਰੇਸ਼ਨ ਹੋਈ ਆ ਜਿਹੜੀ ਉੱਥੇ, ਉਹਦੇ ਵਿੱਚ ਲਿਖਿਆ ਹੁੰਦਾ ਕਿ ਜੋ ਮੈਂ ਬਿਆਨ ਦੇ ਰਿਹਾ ਉਹ ਬਿਲਕੁਲ ਸੱਚ ਤੱਥਾਂ ਦੇ ਆਧਾਰ 'ਤੇ ਦੇ ਰਿਹਾ, ਜੋ ਆਪਣੇ ਬਾਰੇ ਦੱਸ ਰਿਹਾ ਕਿ ਮੈਂ ਇੱਕ ਗਰੀਬ ਆਦਮੀ ਹਾਂ, ਫਲਾਨਾ, ਜੇ ਕੱਲ੍ਹ ਮੈਂ ਗਲਤ ਹੋਵਾਂ ਤਾਂ ਮੇਰਾ ਨੀਲਾ ਕਾਰਡ ਕੈਂਸਲ ਕਰ ਦਿੱਤਾ ਜਾਵੇ ਔਰ ਮੇਰੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਥੇ MC ਦੇ ਵੀ ਸਾਈਨ ਹੁੰਦੇ ਆ, ਪਰ ਉਦੋਂ ਇਹ ਸ਼ੋਕੀ ਉਦੋਂ MC ਨਹੀਂ ਸੀ, ਉਦੋਂ ਅਰੋੜਾ ਸੀਗਾ ਉੱਥੇ ਮੰਤਰੀ, ਅਰੋੜੇ ਦੀ ਚੱਲਦੀ ਸੀ। ਇਹ ਤਾਂ ਸਿਰਫ ਮੈਂ ਇੱਕ ਗੱਲ ਕਰਦਾ ਆਪਣੇ ਤੁਹਾਡੇ ਮੀਡੀਆ ਨਾਲ, ਆਪਣੇ ਇਹ ਗੱਲ ਹੈਗੀ ਸਿਰਫ ਨਰਾਇਣ ਨਗਰ ਵਾਸੀਆਂ ਦੀ। ਉੱਥੇ ਜਿਹੜੇ ਕਾਰਡ ਬਣੇ ਆ ਕਈ ਬੰਦਿਆਂ ਦੇ, ਉਹ 'ਚ ਸ਼ਰਮਾ ਫੈਮਿਲੀ ਆ, ਉਹ 'ਚ ਗੁਪਤਾ ਫੈਮਿਲੀ ਆ, ਉਹ 'ਚ ਜੈਨ ਪਰਿਵਾਰ, ਸ਼ਰਾਬ ਕਾਰੋਬਾਰੀ ਕਈਆਂ ਦੇ ਬਣੇ ਆ, ਵੈਲ ਸੈਟਲਡ ਆ, ਉਹਨਾਂ ਦੇ ਘਰ AC ਲੱਗੇ ਹੋਏ ਆ, ਗੱਡੀਆਂ ਆਪਣੇ ਘਰ ਆ, ਉਹ ਜੋ ਦਾਣੇ ਲੈਣ ਜਾਂਦੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ, ਉਹਨਾਂ ਨੂੰ ਦਾਣੇ ਲੈਣ ਜਾਂਦੇ ਉਹਨਾਂ ਨੂੰ। ਮੈਂ ਕਿਸੇ ਡਿਪੂ ਹੋਲਡਰ ਦਾ ਨਾਮ ਨਹੀਂ ਲੈਣਾ ਚਾਹੁੰਦਾ, ਉਹ ਡਿਪੂ ਹੋਲਡਰ ਨੇ ਮੈਨੂੰ ਫੋਨ ਕੀਤਾ, ਕਹਿੰਦਾ ਭਾਅ ਜੀ ਇਹਨਾਂ ਦਾ ਫੋਨ ਆਉਂਦਾ ਕਿ ਜਦੋਂ ਲਾਈਨ ਮੁੱਕ ਜਾਂਦੀ ਉਦੋਂ ਬੁਲਾਇਆ ਕਰੋ, ਸਾਨੂੰ ਲਾਈਨ 'ਚ ਸ਼ਰਮ ਆਉਂਦੀ ਸਾਨੂੰ, ਉਹਨੇ ਲਾਈਨ ਤੋਂ ਬਿਨਾਂ ਬੁਲਾਉਣਾ ਸ਼ੁਰੂ ਕਰਤਾ ਇਹਨੂੰ। ਮੈਂ ਦੱਸਣਾ ਚਾਹੁੰਦਾ, ਇਹਦੇ ਖਾਸ ਸਾਥੀ ਦਾ ਨਾਮ ਦੱਸਣਾ ਚਾਹੁੰਦਾ, ਮੁੰਡਾ ਹੈਗਾ ਆਪਣੇ, ਉਹਦਾ ਨਾਮ ਹੈਗਾ, ਇੱਕ ਮਿੰਟ ਮੈਂ ਲਿਖਿਆ ਸੀ, ਨਰਾਇਣ ਨਗਰ ਸੁਸਾਇਟੀ ਦਾ ਪ੍ਰਧਾਨ ਵੀ ਆ, ਬਿਨੇ ਸ਼ਰਮਾ ਪ੍ਰਧਾਨ ਆ ਉੱਥੇ ਦਾ, ਵਾ ਵੈਲ ਸੈਟਲ ਬੰਦਾ ਵਾ, ਘਰ 'ਚ AC ਲੱਗੇ, ਗੱਡੀ ਵੀ ਆਪਣੀ, ਮਕਾਨ ਵੀ ਉਹਦਾ ਆਪਣਾ, ਜਿਹਨੂੰ ਇਹਨੇ ਪ੍ਰਧਾਨ ਬਣਾਇਆ ਸ਼ੋਕੀ ਨੇ, ਉਹ ਦਾਣੇ ਲੈਣ ਜਾਂਦਾ ਉੱਥੇ, ਠੀਕ ਨਹੀਂ। ਉਹ ਡਿਪੂ ਹੋਲਡਰ ਨੂੰ ਕਹਿੰਦਾ ਕਿ ਮੈਨੂੰ ਯਾਰ ਆਪਣੇ ਲਾਈਨ 'ਚ ਲੱਗ ਕੇ 2 ਵਾਰੀ ਨੂੰ ਬੜੀ ਸ਼ਰਮ ਮਹਿਸੂਸ ਹੋਈ, ਤੂੰ ਆਪਣੇ ਬਿਨੇ ਯਾਰ ਦਾਣੇ ਲੈਣ ਜਾਂਦਾ ਉੱਥੇ, ਦਾਣੇ ਫਰੀ ਦੇ ਲੈਂਦਾ, ਸ਼ਾਮ ਨੂੰ ਦਾਰੂ ਪੀਂਦਾ ਉਹਨਾਂ MC ਨਾਲ, ਅਸ਼ੋਕ ਕੁਮਾਰ ਨਾਲ, ਉੱਥੇ ਦੇਣਾ, ਕੋਈ ਖਰੀਆਂ ਗੱਲਾਂ ਕਰ, ਇੱਦਾਂ ਨਾ ਕਰ, ਤੂੰ ਇਹਨੇ ਇੱਕ ਅਰਪਣ ਸੁਸਾਇਟੀ ਬਣਾਈ ਹੋਈ ਆ ਉੱਥੇ, ਜਿਹੜਾ ਬਿਨੇ ਮੁੰਡਾ ਅਰਪਣ ਸੁਸਾਇਟੀ, ਇਹਨੇ ਅਰੋੜੇ ਤੋਂ ਅਸ਼ੋਕੀ ਨੇ MC ਨੇ 2 ਲੱਖ ਰੁਪਏ ਨੂੰ ਦਵਾਇਆ ਸੀ, ਉਹਦਾ ਹਿਸਾਬ ਦੇਵੇ, ਉਹ ਕਿੱਥੇ ਲਾਇਆ ਵਾ, ਠੀਕ ਨਹੀਂ। ਤਾਂ ਜਿਹੜੇ ਸੰਗੀ ਸਾਥੀ ਆ ਹੋਰ, ਮੈਂ ਨਹੀਂ ਨਾਮ ਲੈਣਾ ਚਾਹੁੰਦਾ ਉਹਨਾਂ ਦੇ, ਮੈਂ ਨਾਮ ਉਜਾਗਰ ਨਹੀਂ ਕਰਨਾ ਚਾਹੁੰਦਾ, ਜੈਨ ਸਮਾਜ ਦੇ ਸਾਰੇ ਸਮਾਜਾਂ ਦੇ ਆ, ਮੈਂ ਸਿਰ ਇਹਨੂੰ ਵਾਰਨਿੰਗ ਦੇਣਾ ਚਾਹੁੰਦਾ ਵਾਂ, ਇਹ ਭਗਵੰਤ ਮਾਨ ਦੀ ਸਰਕਾਰ ਆ, ਇਮਾਨਦਾਰ ਸਰਕਾਰ, ਉਹਨੇ ਉੱਪਰ ਲੈਵਲ 'ਤੇ ਕੰਮ ਸ਼ੁਰੂ ਕੀਤਾ, ਆਪਾਂ ਥੱਲਿਓ ਸ਼ੁਰੂ ਕਰਨ ਲੱਗੇ ਹਾਂ। ਇਹ ਸਿਰਫ ਤਾਂ ਵਾ ਇੱਕ ਹਫ਼ਤੇ ਦੇ ਵਿੱਚ ਆਪਣੇ ਜਿਹੜੇ ਨੀਲੇ ਕਾਰਡ ਆ ਸਿਲੰਡਰ ਕਰ ਦੇਣ, ਜੇ ਇਹਨਾਂ ਨੇ ਸਿਲੰਡਰ ਨਾ ਕੀਤੇ ਤਾਂ ਇੱਕ ਹਫ਼ਤੇ ਬਾਅਦ ਇਹਨਾਂ 'ਤੇ ਕਾਰਵਾਈ ਹੋ ਗਈ। ਮੈਂ ਮਾਨਯੋਗ SSP ਸਾਹਿਬ ਨੂੰ ਕਹਿਣਾ ਚਾਹੁੰਦਾ, DFC ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਕਾਰਡ ਕੈਂਸਲ ਕੀਤੇ ਜਾਣ, ਜੇ ਇੱਕ ਹਫ਼ਤੇ ਜਿਹਨਾਂ ਨੇ ਸਿਲੰਡਰ ਨਾ ਕੀਤੇ, ਫਿਰ ਨਾਮ ਬੰਦੇ ਦਾ ਉਜਾਗਰ ਕਰੂੰਗਾ। ਅਸੀਂ ਤਾਂ ਇੱਕ ਬਿਨੇ ਸ਼ਰਮਾ ਦਾ ਨਾਮ ਉਜਾਗਰ ਕੀਤਾ, ਇੱਕ ਬੰਦੇ ਦਾ ਹੋਰ ਉਜਾਗਰ ਕਰਨਾ ਚਾਹੁੰਦਾ, ਇਹਦਾ ਕੋਈ ਸਹਿਯੋਗੀ ਰਾਜੀਵ, ਉਹਦੇ ਭਰਾ ਦਾ ਵੀ ਬਣਿਆ ਆ, ਲਿਸਟ ਆ ਮੇਰੇ ਕੋਲ।
पत्रकार के माध्यम दसना चाहना वा इस कई फैलियों के नाम मैं सारे दे उजागर ता नहीं करना चाहता मैं क्यों लोगों को करा नारायण नगर लोग है भोले वो लगे हुए थे मगर इन्हें सिर्फ इलैक्शन जितने लिए नीले कार्ड उन्होंने बनाए थे राशन लैन लिए एक तुहाडे पत्रकार के माध्यम नाल डोगरा जी अपने होर दसना चाहना एक बंद 30 किलो दाने मिलते महीने के कई 4 मैंबर कई 5 मैंबर ये लाइना चाह लगते नहीं फोन कर दे डिपू होल्डर मैनू अज नहीं कल दे दी कोई 120 किलो लै रहा कोई 1.5 क्विंटल लै रहा दाने तो मैं तां दसना चाहना तां मैं अपने तुहाडे माध्यम नाल दसना चाहना वा जिहड़े ये लोग आ मैं होर दसना चाहना तुहानू इन्होंने मैं मंत्री साहब नूं रिक्वेस्ट करना चाहना जिन्हें गरीब बंदे नारायण नगर के मेरे को 5-7-10 बंदे आए कि साढ़े नीले कार्ड बना दिओ वो नी मैं मंत्री साहब ने गल वो पोर्टल शुरू होया नीले कार्ड का बनता तो सरकार की कोई होनी है वो शुरू हो जाएगा हम मैं क्या वो गरीब बंद इन्होंने जी लत्त मारी है उन्होंने ढिड लत्त मारी इन्होंने तो इन्होंने जोड़े अमीर बंदे आ जोड़े बंद ने 5-7-10 बंद ने दारू पीता शाम को उन्होंने कार्ड इन्हें बनाए आ ठीक नहीं जोड़े गरीब बंदे बेचारे रोंदे उ होर दसना चाहना जोड़ा आका वा उन्हें तो उपर लैवल से मोहाली के घपले किए हुए थल्यो थल्यो घपले करने शुरू हो गए हुए थले लैवल से वोटा लैन लिए जे रोड़े के 43 MC जिताए अद्धे जिताए हैं उदो इन्हें कार्ड बना के सारे MC देते इलैक्शन तो हफ्ता 10 दिन पहलों कार्ड बनने हैं नाल एक कार्ड एक दारू की बोतल ना उन्होंने स्पैशल क्या गया स्पैशल की किया गया मैं तुहाडे माध्यम नूं दसना चाहता स्पैशल ये किया गया जे तुसीं मैनूं वोटा ना पाईआं तुहाडे कार्ड कैंसल हो जाने हैं जिहड़े रसूखदार बंदे हैं इन्हां दा नाम सार्वजनिक करूंगा तुहाडे सामने जे एक हफ्ते इन्हें कार्ड सरेंडर ना किए जे मैं होर दसना चाहता रिटायर बंदे कई है मैं सारी लिस्ट मेरे को हैगी शराब कारोबारी है कोई बंदे बाहर गए है कोई FCI रोडवेज तो रिटायर हो कोई फार्मर है उन्होंने बड़े बड़े अपने किले है बड़ी बड़ी जमीन है वो सिर्फ इन्हों तो अपने राशन लैन आने लोके राशन लैन आते डिपू होल्डर तो आह लिस्ट मेरे सामने है तुहाडे सामने दस रहा मैं बेनती करदा ये सारे विधानसभा जिम्पा जी कहूंगा तुहाडी विधानसभा बड़े राशन शुरुआत मैं कर दी है जिम्पा जी अंजाम तुसीं देना वा तुसीं देना सख्ती तुहानू बरतनी पैनी आ इस इन्हां लई इस तरह एक नारायण नगर महल की गल आ उत्थे इन्ने राशन कार्ड बने पूरी विधानसभा किन्ने राशन कार्ड बनाए होने ये कांग्रेस गवर्नमेंट ने अरोड़े ने इदा के MCA को एक्स मिनिस्टर जिहड़ा जेल से जा चुका जिहड़ा अपने जिहड़े इन्ने घोटाले किए है चले MCA को किन्ने घोटाले कटाए होने तुहाडे सामने आ सारी लिस्ट हैगी है जी ये मीडिया नूं सारी मैं प्रोवाइड कर दिंदा वा ये देख लैन ये लिस्ट आ जी ये देख लो तुहानू मैं दे दिंदा बाय हैंड तुहानू दे दिंदा इस सारे परिवार वो हैगे जिन्हां दे घर AC लगे हुए आ अपन गड्डिया अपने मकान ये MCA ने इन्हों के कार्ड बनाए हुए है एक सिर्फ नारायण नगर महल की गल आ सर सारे गलत काम करी जाते रोड़ा जी असी कभी गलत काम का साथ नहीं दिता सारे गलत काम करते इस करके मैं उन्होंने दूर हो गया सी इस करके मैं जिम्पा जी का साथ दिता सी एक ईमानदार बंदा लोगों ने ईमानदार बंदे जिताया शहर ये सारी दुनिया जानती है आम आदमी पार्टी ईमानदारी काम करती है भगवंत मान ने उपरों किसी बख्शिया चाहे अपनी पार्टी का हो ठीक नहीं इस करके मैं जिम्पा जी गुजारिश करूँगा SSCP हुशियारपुर गुजारिश करूँगा जोड़े गलत कार्ड बने आ जिस बंद भी जोड़े अमीर बंदे आ वो कैंसल किए जाते हैं उन्हें बनती कार्रवाई की जाए जी ये मेरी बेनती जे वो बंदे सरेंडर कर देंगे फिर ठीक है नहीं तो मैं नाम सार्वजनिक करूँगा कल कल बंद का जोड़े कार्ड बने आ नारायण नगर के कल कल बंद का मैं नाम सार्वजनिक करूँगा कि इस बंद के मगर ना लगो ये बंदा झूठा वा इन्हें तो गुमराह किया है तुम दाने लैन जाने हो तुम वैल सैटल्ड हो तुम इदा के काम क्यों करते हो नहीं तो आप SSP साहब ना डिस्ट्रिक्ट अपने फूड सिविल सफाई अफसर ने गल करा जे नहीं सरेंडर करते फिर आप कार्रवाई करा जी फिर बिल्कुल कार्रवाई करा आप बिल्कुल डाका मारे मेरे को 5-7-10 बंद अज आए कि साढ़े राह नीले कार्ड कैंसल हो गए तो इन्हों के कैंसल नहीं होना मैं क्या ताने कैंसल होए अरोड़ा पूर्व मंत्री अशोक मेहरा जो उन्होंने नाल से ता ही इन्हों के कैंसल होए आप इन जाँच करावे मंत्री साहब रिक्वेस्ट करा फूड एंड सिविल मान साहब भी आप कहे तुम उपरों तो बंदे फड़ रहे थल्यो बंदे फड़ रहे हैं तो BJP रिलेटिड से पर अरोड़ा मंत्री से वो नहीं एक भी चली इन्हें अपने घर टेंट ला के इन्हें अपने बनाए सैल्फ डेक्लेरेशन लोगों ने की लोगों को पता नहीं है कि उन्होंने परचा हो जाना उत्थे लिखे होंगे कि मैं जे मैं गरीब आदमी है फलाना मैं इन्ने दाने अपने मैं इन्ने दाने अपने मैनू मिलने या मेरे घर का गुजारा नहीं चलता सैल्फ डेक्लेरेशन दी उस बंद ने उत्ते भी परचा हो जाना जो उन्होंने सिलेंडर ना किया अगली कार्रवाई मैं SSP हुशियारपुर कहूँगा बेनती करूँगा कि गरीब लोगों के ढिड डाका ना मारा जाए तो DFC जो मंत्री साहब को कहूँगा कि इन्हों के कार्ड कैंसल किए जाए
सिर्फ नारायण नगर महल नहीं कहूँगा मैं, पूरे हुशियारपुर विधानसभा च बहुत कार्ड इदा दे बने हैं जिन्हें 43 एम सी जिताए है, इसी करके इन्हें जिताए है 43 एम सी। लोगों इन्हें गुमराह किया, यानी कि मैं थोड़े कार्ड बना देना वोटा मैनू पाओ। इस गल विच इन्हां दे सारे मिदीक भगत है एम सी आ, इन्हां दे जिहड़े चहेते सी इन्हें सिरों दे उहदे बनाए है, जिहड़े गरीब आदमी सी वोटा इन्हां नूं चाहे पातियां नहीं पातियां, उन्होंने कोई गरीब माता वा कोई कुछ आ कुछ सारे इन्होंने कैंसल कराते, जिहड़े इन्हां दे चहेते सी जिहड़े शाम नूं इन्हां अशोक मेहरे ना दारू पीते हैं उन्होंने कार्ड बने हैं। तुसीं अपने मैं तुहानूं कल परसों किसी भी हाथे ते देख लियो, ये दारू कट्ठे पीते हैं सवेरे कार्ड करम नहीं, दारू तुसीं पैसे पा के पीने हैं, राशन फ्री दा लैंदे आ सवेरे। इन्हां दा जिहड़ा प्रधान एज इट इज आ प्रूफ आ, मेरे को आ लिस्ट आ, इह देख लो किन्ने अमीर आ ते किन्ने गरीब आ, इह लिस्ट तुहाडे लई आ, तुहानूं दे देणी मैं तुहानूं, इह लिस्ट तुहाडे लई आ। अगला स्टैप होगा एक हफ्ते दी इहनां नूं वार्निंग आ, अपने कार्ड सरेंडर कर देन, जे नहीं करोगे मानयोग एस एस पी डिस्ट्रिक्ट फूड सिविल सफाई अपने अफसर उन्हां नूं जां मंत्री साहब नूं कहूंगा ते इन्हां ते कार्रवाई करो, जो बनदी कार्रवाई जो परचा बनदा इन्हां ते करो। इन्हां विच कुछ जैन परिवार आ, कुछ शर्मा परिवार आ, कुछ खत्री, कुछ अपने अग्रवाल परिवार आ, सारे वैल सैटल्ड आ, उन्होंने कार्ड बनाए हुए आ। उन्होंने शर्म आती है लाइन च लगन की, वह डिपो होल्डर कहता कहता मैंने भाजी फोन आते हैं कि अपने आप लाइन च नहीं लगना, एक दो बारी आए सवेरे ज अपने नौकर भेज दें, एक परिवार के चार बंदे या पांच बंदे 30 किलो दाने एक परिवार को मिलते हैं, एक बंदे जे पांच बंदे तो 1.5 क्विंटल। इन्होंने शर्म आनी चाहिए सारे, दारू शाम को पैसे पा के पीने तो बच्चों राशन जोड़ा वह फ्री रख दें। तो मेरी यही बेनती है, मैं मंत्री साहब नूं बेनती करूँगा कि इन्हां ते बनदी कार्रवाई की जाए। यह एक महल का सवाल आ, तुहाडे तो रूबरू हो के कहना चाहता, यह तो सीएम साहब नूं मैं अपने उन्होंने पोर्टल पर भी उन्होंने करूँगा, उन्होंने दसूँगा उन्होंने कि आह साढ़े एक महल का तो पक्की पंजाब इन्होंने कांग्रेस ने की किया होगा। तुहाडा बहुत बहुत धन्यवाद, पत्रकार तुसीं साडी आवाज़ लोगों तक पहुँचाने, थैंक यू, धन्यवाद वेरी मच। पहला तो बहुत बहुत धन्यवाद स्टैलर न्यूज़ का, जी की साड़ी आवाज़ तुम लोगों तक पहुँचाने। अज मैनू बड़ी हैरानी होंगी है और हासा भी आता सुमेर सोनी की मानसिकता के उत्ते कि उन्हों की मानसिकता इन्नी, मतलब सोच उन्हों की छोटी आ। गल करते हैं इन्हों वालों जी कट्टी अण अधिकारित जी कलोनी नारायण नगर के जेदा कि बड़े 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 ये उस टाइम के उत्ते लोगों को ये कहते गल करते कि मैं ट्यूबवैल वास्ते जगह दान देनी है, दान देनी है। वो अज जो उस कलोनी की जांच हुई तो ये क्यों फिर डे इन्हों के बयान ही बदल गए, ये कहते जो तीन प्लाट बेच के गए आ जो मालक वो बाहर बेच के बार बेच के बाहर चला गया, जी वो बाहर चला गया मालक वो आ तो तुम कि राइट का दान करने का मतलब मैं पूछना चाहता इन्हों कमाल किस पावर के नाल किस हैसीयत मैं जी अपनी जी उस जगह के दान ट्यूबवैल वास्ते जगह दे दिया सी मैं पूछना चाहता है। और दूसरी गल जे गई तीन प्लाट जोड़े बेचे आ अज जी जांच होएगी आप ही आप अधिकारी देखेंगे कि वो जी कलोनी कि अटॉर्नी आ एग्रीमेंट होया वो सारा कुछ पता लगेगा जिहड़ा कि बड़ियां गल्लां करदे सी। अज तुसीं भज रहे हां कि मैं मेरी कानूनी है नहीं, मैं जो कट्टूंगा तो मैं पास करा के कट्टूंगा, तो तुसीं जिहड़ा एग्रीमेंट जिहड़ा अस्टाम लिख के कारपोरेशन नूं दे के आए सी ट्यूबवैल लाउण वास्ते दो मरले जगह का उह तुहाडे कोल की अधिकार सी मैं पुछना चाहुंदा। चलो अधिकारी आप ही इहदा पता करवाउणगे। बाकी ये जिहड़े दो नंबर के काम आ ये तुसीं दो नंबर ही काम करते हैं, कलोनियां दो नंबर दियां करते हैं, सानू ये दो नंबर के काम सानू नहीं आउंदे, साडा काम एक नंबर से आ। मैं गल करने चाहुंदा राजनीति दे विच सितारे ना गिर जांदा गिर सकदा आ, तुसीं अज बिजली विभाग के अधिकारी अज रेड पुआई मेरे कारोबार के उत्ते, कोई गल नहीं पर मैं एक नंबर के विच आए सी वो आ के जांच करके गए आ, मेरा जिहड़ा आ लोड बिजली का सारा कुछ बिल्कुल ओके आ, कोई इदा की गल नहीं निकली। चलो मैं तुहाडी सोच की गल करदा पर तुसीं इत्थे तक गिर सकते हो और जिहदे कहण दे उत्ते जिहदे इशारियां दे उत्ते तुसीं इह काम कर रहे हो उहदा उहदी गल ना मन्नो। मैं हुण भी कह रहा वो बंदा बहुत शातर आ, वह बंदे ने अपने वाला कोई छड्डिया नहीं, तुहाडा भी कुछ रहण नहीं देना, इस करके जरा संभल के चलो। गल कीती तुसीं राशन कार्डा दी, 2019 दे विच इह कल्ले राशन कार्ड नहीं, असी जगह जगह कैंप लगाए क्योंकि असी सानू शौक आ समाज सेवा का,
ਅਸੀਂ ਮੈਂ ਮੇਰੀ ਵਾਈਫ ਮੇਰੇ ਬੱਚੇ ਵੀ ਉਹਨਾਂ ਦੀ ਹੋਰ ਫਰੈਂਡ ਸਰਕਲ ਜਗ੍ਹਾ ਜਗ੍ਹਾ ਕੈਂਪ ਲਗਾਏ ਆਪਣੇ ਇਕੱਲੇ ਮੁਹੱਲੇ 'ਚ ਨਹੀਂ ਹੋਰ ਜਗ੍ਹਾ 'ਚ ਵੀ ਕਿਉਂਕਿ ਸਾਨੂੰ ਇਹ ਚੀਜ਼ ਦਾ ਬੜਾ ਸੀਗਾ ਵੀ ਜਿਹੜੀਆਂ ਸਰਕਾਰੀ ਜਿਹੜੀਆਂ ਯੋਜਨਾਵਾਂ ਆ ਉਹਨਾਂ ਦਾ ਲਾਭ ਹਰ ਜ਼ਰੂਰਤਮੰਦ ਤੱਕ ਪਹੁੰਚੇ ਉਹ ਅਸੀਂ ਫਾਰਮ ਭਰੇ ਦੇਖੋ ਕੋਈ ਵੀ ਆ ਗਏ ਅੱਜ ਦੀ ਡੇਟ 'ਚ ਬੜੇ ਬਜ਼ੁਰਗ ਜਿਹੜੀ ਪੈਨਸ਼ਨਾਂ ਲਾਉਣੀ ਚਾਹੁੰਦੇ ਨੀਡੀ ਆ ਬਟ ਉਹਨਾਂ ਕੋਲ ਫਾਰਮ ਕਿੱਥੋਂ ਮਿਲਣੇ ਕਿੱਦਾਂ ਭਰਨੇ ਉਹਨਾਂ ਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਅਸੀਂ ਉਸ ਟਾਈਮ ਦੇ ਉੱਤੇ ਕੈਂਪ ਲਗਾ ਲਗਾ ਕੇ ਜਿਹੜੇ ਨੀਲੇ ਕਾਰਡ ਜਿਹਨਾਂ ਨੂੰ ਅਸੀਂ ਸਮਾਰਟ ਕਾਰਡ ਕਹਿੰਦੇ ਹਾਂ ਉਹਨਾਂ ਦੇ ਫਾਰਮ ਭਰੇ ਸ਼ਾਇਦ ਤੁਸੀਂ ਵੀ ਮੈਨੂੰ ਲੱਗਦਾ ਭੁੱਲ ਗਏ ਉਹ ਚੀਜ਼ ਦਾ ਤੁਹਾਡੇ ਵੀ ਡਾਕਟਰ ਤੁਸੀਂ ਵੀ ਭਰੇ ਉਹ ਫਾਰਮ ਚਲੋ ਉਸ ਤੋਂ ਬਾਅਦ ਜਿਹੜੀ ਜਾਂਚ ਕਰਨੀ ਹੈ ਇਨਵੈਸਟੀਗੇਸ਼ਨ ਕਰਨੀ ਆ ਕਾਰਡ ਹੋਲਡਰ ਨੇ ਜਿਹੜੇ ਅਪਲਾਈ ਕੀਤਾ ਉਹਨਾਂ ਨੇ ਅਸੀਂ ਫਾਰਮ ਭਰ ਕੇ ਦਿੱਤੇ ਉਹਨਾਂ ਨੇ ਜਾ ਕੇ ਅਪਲਾਈ ਕੀਤਾ ਇਹ ਅਧਿਕਾਰੀਆਂ ਦਾ ਕੰਮ ਆ ਉਹਨਾਂ ਨੇ ਉਸ ਮੌਕੇ ਤੇ ਆ ਕੇ ਦੇਖਿਆ ਉਹ ਜਿੱਦਾਂ ਕਿ ਹੁਣ ਵੀ ਆ ਸਰਵੇ ਦੇ ਵਿੱਚ ਕਾਫੀ ਜਿਹੜੇ ਕਾਰਡ ਆ ਉਹ ਆਉਂਦੇ ਅਧਿਕਾਰੀ ਹੀ ਆਉਂਦੇ ਆ ਨਾ ਕੋਈ ਐਮਸੀ ਕੋਈ ਕੋਰ ਨਹੀਂ ਹੁੰਦਾ ਉਹ ਅਧਿਕਾਰੀਆਂ ਨੇ ਹੀ ਜਾਂਚ ਜਿਹੜੀ ਕਰਨੀ ਹੈ ਕਰਕੇ ਜਿਹੜੇ ਚੱਲਣ ਵਾਲੇ ਕਾਰਡ ਲਗਾਉਣੇ ਆ ਜਿਹੜੇ ਕੱਟਣ ਵਾਲੇ ਕੱਟਣੇ ਆ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਨਾ ਉੱਥੇ ਦੇ ਆਪਣੇ ਸੁਸਾਇਟੀ ਦੇ ਪ੍ਰੈਜ਼ੀਡੈਂਟ ਵਿਨੇ ਸ਼ਰਮਾ ਦਾ ਦੇਖੋ ਸੁਸਾਇਟੀ ਦਾ ਪ੍ਰੈਜ਼ੀਡੈਂਟ ਆ ਉਹਨੂੰ ਕੋਈ ਸੈਲਰੀ ਨਹੀਂ ਲੱਗੀ ਹੋਏਗੀ ਸੁਸਾਇਟੀ ਦਾ ਪ੍ਰਧਾਨ ਦਾ ਮਤਲਬ ਇਹ ਨਹੀਂ ਉਹ ਨੀਡੀ ਨਹੀਂ ਹੈਗਾ ਉਹ ਵੀ ਨੀਡੀ ਹੋ ਸਕਦਾ ਜੇ ਉਹਦਾ ਜੇ ਕਾਰਡ ਉਹਨੇ ਬਣਵਾਇਆ ਰਾਸ਼ਨ ਕਾਰਡ ਬਣਵਾਇਆ ਆ ਤੇ ਉਹ ਜ਼ਰੂਰਤਮੰਦ ਹੋਊਗਾ ਤਾਂ ਬਣਵਾਇਆ ਬਾਕੀ ਉਹਦੀ ਜਾਂਚ ਅਧਿਕਾਰੀ ਕਰਨਗੇ ਨਾ ਕਰਨਗੇ ਤੁਸੀਂ ਕਹਿੰਦੇ ਮੈਂ ਹੋਰ ਵੀ ਨਾਂ ਦੇ ਖੁਲਾਸੇ ਕਰਨੇ ਆ ਉਹ ਮੈਂ ਤਾਂ ਕਹਿੰਦਾ ਕਰੋ ਅਸੀਂ ਫਾਰਮ ਭਰ ਕੇ ਦਿੱਤੇ ਇਕੱਲੇ ਨੀਲੇ ਕਾਰਡਾਂ ਦੇ ਨਹੀਂ ਦਿੱਤੇ ਪੈਨਸ਼ਨਾਂ ਦੇ ਫਾਰਮ ਭਰੇ ਅੱਜ ਵੀ ਭਰ ਰਹੇ ਹਾਂ ਅੱਜ ਜੀ ਠੀਕ ਆ ਸਾਡੀ ਜ਼ਿੰਮੇਵਾਰੀ ਬਣ ਗਈ ਅਸੀਂ ਕੌਂਸਲਰ ਬਣ ਗਏ ਅਸੀਂ ਉਹਦਾ ਫਾਰਮ ਭਰਨਾ ਜਿਹੜਾ ਜ਼ਰੂਰਤਮੰਦ ਆ ਬਟ ਉਸ ਟਾਈਮ ਤਾਂ ਅਸੀਂ ਕੈਂਪ ਲਾਇਆ ਸੀ ਅਸੀਂ ਤਾਂ ਸਿੰਪਲੀ ਫਾਰਮ ਭਰ ਕੇ ਦਿੰਦੇ ਸੀ ਉਸ ਟਾਈਮ ਕੌਂਸਲਰ ਵੀ ਨਹੀਂ ਸੀ ਮੌਜੂਦਾ ਕੌਂਸਲਰ ਕੋਈ ਹੋਰ ਸੀ ਤੁਹਾਨੂੰ ਵੀ ਪਤਾ ਆ ਜਿਹੜਾ ਕੌਂਸਲਰ ਉਹਨਾਂ ਦੀ ਜ਼ਿੰਮੇਵਾਰੀ ਆਪ ਨਹੀਂ ਸਮਝਦੇ ਸੀਗੇ ਤਾਂ ਲੋਕ ਸਾਡੇ ਕਹਿੰਦੇ ਸੀ ਫਾਰਮ ਭਰ ਕੇ ਦਿੰਦੇ ਸੀ ਔਰ ਭਰ ਕੇ ਦਿੱਤੇ ਫਾਰਮ ਔਰ ਜੀ ਉਹਨਾਂ ਨੇ ਜਮ੍ਹਾਂ ਕਰਾਏ ਆ ਉਹਨਾਂ ਦੀਆਂ ਜੇ ਸਰਕਾਰ ਨੇ ਉਹਨਾਂ ਦੇ ਦੇਖਿਆ ਉਹ ਆਣ ਕੇ ਤਾਂ ਹੀ ਪੈਨਸ਼ਨਾਂ ਲੱਗੀਆਂ ਇਹ ਕਿਹੜੀਆਂ ਗੱਲਾਂ ਤੁਸੀਂ ਕਰਦੇ ਪਏ ਆ ਕਮਾਲ ਹੋ ਗਏ ਤਾਂ ਹੀ ਉਹਨਾਂ ਦੇ ਨੀਲੇ ਕਾਰਡ ਬਣੇ ਤਾਂ ਹੀ ਉਹ ਅੱਜ ਦਾਣੇ ਲੈ ਰਹੇ ਆ ਮੈਨੂੰ ਤਾਂ ਤੁਹਾਡੀ ਸੋਚ ਤੇ ਬਹੁਤ ਹੀ ਹੈਰਾਨੀ ਹੁੰਦੀ ਆ ਜਿਹੜੇ ਕਿ ਤੁਸੀਂ ਏਦਾਂ ਦੇ ਕੰਮ ਕਰ ਰਹੇ ਆ ਜਿਹੜੇ ਏਦਾਂ ਦੇ ਤੁਸੀਂ ਹੁਣ ਇਸ ਵੇਲੇ ਚਾਲਾਂ ਚੱਲ ਰਹੇ ਆ ਘਟੀਆ ਜਿਹੜੀ ਰਾਜਨੀਤੀ ਦੀਆਂ ਉਹ ਮੈਨੂੰ ਸਮਝ ਬਹੁਤ ਠੀਕ ਹੈ ਹੋ ਸਕਦਾ ਮੈਨੂੰ ਤੁਹਾਡੇ ਕੋਲ ਮੇਰੇ ਆਪਣੀ ਜਾਨ ਦਾ ਵੀ ਖਤਰਾ ਹੋਵੇ ਜਿੱਦਾਂ ਤੁਸੀਂ ਕੰਮ ਕਰਨ ਲੱਗ ਗਏ ਪਰ ਮੈਂ ਪਰਵਾਹ ਨਹੀਂ ਕਰਦਾ ਮੈਂ ਸੱਚਾਈ ਧਰਮ ਔਰ ਇਮਾਨਦਾਰੀ ਔਰ ਨੇਕ ਨਾਲ ਲੋਕਾਂ ਦੀ ਸੇਵਾ ਕਰਦਾ ਆਇਆ ਕਰ ਰਿਹਾ ਹੈ ਔਰ ਕਰੂੰਗਾ।